ਦਾਨਾ ਦੇ ਵਾਂਗੂ ਵੀ ਇੱਥੇ ਵੀ ਜੱਫਾ ਪਾਊਗਾ ਪੂਰਾ ਜੀ। ਹਾਂਜੀ ਜੱਫਾ ਪਾਉਣੀ ਆਏ ਮੋਦੀ ਨੂੰ ਜੀ। ਨਾ ਬਿਲਕੁਲ ਜੀ, ਪੈਣਾ ਵੀ ਚਾਹੀਦਾ ਏਕੇ ਦਾ ਸਬੂਤ, ਜਿਵੇਂ ਹਰ ਇੱਕ ਕਲਾਕਾਰ ਹੈ, ਪਹਿਲਵਾਨ, ਖਿਡਾਰੀ ਹੈ, ਸਾਰੇ ਇਸ ਗਰਾਊਂਡ ਤੇ ਉਤਰੇ ਨੇ, ਕਿਉਂਕਿ ਇਹ ਕਿਸੇ ਇੱਕ ਬੰਦੇ ਦਾ ਹੱਕ ਨਹੀਂ, ਇਹ ਹਰ ਇੱਕ ਦਾ ਹੱਕ ਹੈ ਸਾਡਾ। ਅਸੀਂ ਇੱਥੇ ਇੱਕ ਵੱਡੀ ਪਲੇਅਰ ਨਹੀਂ, ਅਸੀਂ ਕਿਸਾਨਾਂ ਦੇ ਪੁੱਤ ਬਣ ਕੇ ਆਏ ਹਾਂ, ਆਪਣੇ ਹੱਕ ਲਈ ਲੜਾਈ ਕਰਨ ਆਏ ਹਾਂ ਜੀ। ਅੱਜ ਜਿੰਨੇ ਚਿਰ ਸੰਘਰਸ਼ ਆਪਣੇ ਕਾਨੂੰਨ ਰੱਦ ਨਹੀਂ ਹੁੰਦੇ, ਨਿੱਚ ਰਹੀ ਜਾਵਾਂਗੇ ਨਾ ਇੱਥੋਂ ਜੀ। ਹਾਂਜੀ, ਸੋ ਲੱਗਦਾ ਵੀ ਖੇਡ ਮੈਦਾਨਾਂ ਦੇ ਵਾਂਗੂ ਵੀ ਇੱਥੇ ਵੀ ਜੱਫਾ ਪਾਊਗਾ ਪੂਰਾ ਜੀ। ਹਾਂਜੀ ਜੱਫਾ ਪਾਉਣੀ ਆਏ ਮੋਦੀ ਨੂੰ ਜੀ। ਨਾ ਬਿਲਕੁਲ ਜੀ, ਪੈਣਾ ਵੀ ਚਾਹੀਦਾ ਏਕੇ ਦਾ ਸਬੂਤ, ਜਿਵੇਂ ਹਰ ਇੱਕ ਕਲਾਕਾਰ ਹੈ, ਪਹਿਲਵਾਨ, ਖਿਡਾਰੀ ਹੈ, ਸਾਰੇ ਇਸ ਗਰਾਊਂਡ ਤੇ ਉਤਰੇ ਨੇ, ਕਿਉਂਕਿ ਇਹ ਕਿਸੇ ਇੱਕ ਬੰਦੇ ਦਾ ਹੱਕ ਨਹੀਂ, ਇਹ ਹਰ ਇੱਕ ਦਾ ਹੱਕ ਹੈ ਸਾਡਾ।